ਆਪਾਂ ਚੱਲੇ ਹਾਂ ਪਟਿਆਲੇ ਹੈਰੀਟੇਜ, ਮਤਲਬ ਸ਼ੀਸ਼ਮਹਿਲ ਲੱਗਦਾ, ਹੈਰੀਟੇਜ ਮੇਲਾ ਲੱਗਦਾ ਆ ਸਾਲ 'ਚ ਇੱਕ ਵਾਰੀ। ਅਤੇ ਆਪਾਂ ਗਏ ਸੀ ਕੱਲ੍ਹ ਬੱਚੇ ਲੈ ਕੇ, ਉੱਥੇ ਬੱਚੇ ਘੁੰਮਾ ਕੇ ਲਿਆਉਂਦਾ ਸੀ ਬੱਚਿਆਂ ਨੂੰ, ਅਤੇ ਕੁਛ ਸਮਾਨ ਸੀਗਾ ਲਿਆ ਘਰ ਦਾ, ਘਰ 'ਚ ਯੂਜ਼ ਹੋਣ ਵਾਲਾ, ਅਤੇ ਉਹ ਲੈ ਕੇ ਅਤੇ ਆਪਾਂ ਭੁੱਲ ਗਏ, ਅਤੇ ਉਹ ਆਪਾਂ ਹੁਣ ਚੱਲੇ ਹਾਂ। ਜੇ ਆਪਾਂ ਨੂੰ ਉਹਨਾਂ ਨੇ ਦੇ ਦਿੱਤੇ ਠੀਕ ਆ, ਨਹੀਂ ਤਾਂ ਫਿਰ ਆਪਾਂ ਹੋਰ ਨਵਾਂ ਲੈ ਕੇ ਚੱਲਦੇ। ਨਾਲੇ ਅੱਜ ਮੇਲਾ ਘੁੰਮਾਉਂਦੇ ਹਾਂ ਅਤੇ ਨਾਲੇ ਸਮਾਨ ਦੇਖਾਂਗੇ, ਜੇ ਉਹਨਾਂ ਤੋਂ ਮਿਲ ਗਿਆ ਤਾਂ ਠੀਕ ਆ, ਨਹੀਂ ਤਾਂ ਫਿਰ ਆਪਾਂ ਹੋਰ ਲੈਣਾ ਪੈਣਾ ਆ। ਕੁਛ ਘਰ 'ਚ ਯੂਜ਼ ਹੋਣ ਵਾਲਾ ਸਮਾਨ ਸੀਗਾ ਲਿਆ ਸੀਗਾ, ਸੋਹਣਾ ਲੱਗਿਆ, ਅਤੇ ਉਹ ਬੱਚਿਆਂ ਨੇ ਉੱਥੇ ਰੱਖ ਦਿੱਤਾ। ਉਹ ਦੇਖੋ ਮੋਰ ਕਿੱਡੇ ਸੋਹਣੇ ਨੇ। ਅਸੀਂ ਰੋਡ ਤੋਂ ਲੰਘ ਰਹੇ ਸੀਗੇ, ਸਾਨੂੰ ਦੇਖ ਕੇ ਦਿਲ ਕੀਤਾ ਅਸੀਂ ਵੀਡੀਓ ਬਣਾ ਲਈ। ਬਹੁਤ ਸੋਹਣਾ ਪੰਛੀ ਹੈ, ਬਹੁਤ ਸੋਹਣਾ ਪੰਛੀ, ਦੇਖੋ ਕਿੱਡਾ ਸੋਹਣਾ ਲੱਗਦਾ ਤੁਰਿਆ ਫਿਰਦਾ ਹੈ ਨਾ। ਆਪਾਂ ਰੋਡ ਤੋਂ ਜਾ ਰਹੇ ਸੀ, ਆਪਾਂ ਨੂੰ ਦੇਖਿਆ, ਫਿਰ ਮੈਂ ਚੱਲ ਵੀਡੀਓ ਬਣਾਈ ਹੈ। ਬਹੁਤ ਨੇ ਬਹੁਤ ਨੇ ਇੱਥੇ, ਅਤੇ ਮੈਨੂੰ ਸਭ ਤੋਂ ਸੋਹਣਾ ਪੰਛੀ ਲੱਗਦਾ ਹੈ। ਵੀਡੀਓ ਬਣਾ ਲਈਏ ਅਤੇ ਤੁਹਾਨੂੰ ਦਿਖਾਈਏ ਵੀਡੀਓ। ਇੱਥੇ ਬਹੁਤ ਨੇ ਮੋਰ ਤਾਂ ਵੈਸੇ। ਲਓ ਜੀ ਆਪਾਂ ਪਹੁੰਚ ਗਏ ਪਟਿਆਲੇ, ਠੰਡੀ ਖੂਹ 'ਤੇ। ਇੱਥੋਂ ਆਪਾਂ ਕਰਦੇ ਹਾਂ ਐਂਟਰ ਸ਼ੀਸ਼ ਮਹਿਲ, ਸ਼ੀਸ਼ ਮਹਿਲ ਐਂਟਰ ਕਰਦੇ ਹਾਂ। ਸਿੱਧਾ ਆਪਾਂ ਸ਼ੀਸ਼ ਮਹਿਲ ਦੇ ਵਿੱਚ ਐਂਟਰ ਕਰਾਂਗੇ, ਮਹਿਲ 'ਚ ਜੰਗਲ ਸਫਾਰੀ ਮਹਿਲ ਦੇ ਵਿੱਚ, ਮਹਿਲ ਦੀ ਬੈਕ ਸਾਈਡ ਆਏ।
ਇਕੱਠੇ ਆਏ ਸੀਗੇ ਅਤੇ ਹੁਣ ਚੱਲਦੇ ਹਾਂ ਆਪਾਂ, ਠੀਕ ਆ, ਅਤੇ ਹੁਣ ਮਿਲਦੇ ਹਾਂ ਤੁਹਾਨੂੰ ਕੱਲ੍ਹ ਨੂੰ ਮੋਰਨਿੰਗ ਨਵੇਂ ਵਲੌਗ